चैन पाऊगी पैसी बारी कहना कि दुखी किता बंदे तेन सवेरे तू डैडी ने ला दी मैं ठीक है रहने मैं सवेरे तू फोन डिग दी मैं किता नहीं मैं सवेरे आ जाऊंगी लैन सवेरे मेनू उपरो फोन आया कहते पापी तो फांसी ले ली तो तुम आ जाओ ਪੰਦਰਾਂ ਸਾਲ ਹੋ ਗਏ ਭਾਜੀ ਸਾਡੇ ਪੁਰਾਣੇ ਮਹੱਲੇ ਨੂੰ ਪੁੱਛ ਲਓ 15 ਸਾਲ ਹੋ ਗਏ ਇੰਨਾ ਮਾਰਦੇ ਕੁੱਟਦੇ ਬੱਚੇ ਮੇਰੇ ਪੇਕੇ ਹੋਏ ਪਰ ਅਸੀਂ ਕਦੀ ਪੁਲਿਸ ਸਟੈਪ ਨਹੀਂ ਚੱਕਿਆ ਹੁਣ ਹੀ ਮੈਂ ਬਾਹਰ ਜਾਣਾ ਮੇਰੇ ਬੱਚੇ ਮੇਰੇ ਮੋਢੇ ਤੇ ਖਾ ਗਏ ਪੁੱਤਰ ਰਾਤੀ ਕੱਲ ਪਰਸੋਂ ਰਾਤੀ ਲੜਾਈ ਹੁੰਦੀ ਰਹੀ ਮੈਂ ਰਾਤੀ ਫਿਰ ਵੀ ਮੈਂ ਅੰਦਰ ਬਾਹਰ ਫਿਰਦੀ ਰਹੀ ਮੈਂ ਆਖਿਆ ਹੁਣ ਮੈਂ ਕੀ ਕਰਾਂ ਕਿੱਧਰ ਕਰਾਂ ਇਹ ਦੋਨੋਂ ਗਾਲਾਂ ਕੱਢ ਲਏ ਕੁੜੇ ਬੱਚੇ ਚੀਕਾਂ ਮਾਰਨ ਮੁੜ ਕੇ ਮੈਂ ਨਾ ਮੇਰੇ ਕੋਲ ਨਾ ਰਹਿ ਗਿਆ ਮੈਨੂੰ ਮੈਂ ਆਖਿਆ ਫਿਰ ਬੱਤੀ ਜਗਾਏ ਮੈਂ ਕੋਠੇ ਚੜ੍ਹ ਆਈ ਕਹਿੰਦਾ ਕਹਿੰਦਾ ਮੈਂ ਆਖਿਆ ਪੁੱਤਰ ਕੀ ਗੱਲ ਮੈਂ ਧੱਕਾ ਦਿੱਤਾ ਮੈਂ ਆਖਿਆ ਪੁੱਤਰ ਕੀ ਗੱਲ ਮੰਮੀ ਇਹਦੀ ਯਾਰੀਆਂ ਲੱਗੀਆਂ ਨਹੀਂ ਕਿਸੇ ਦੇ ਨਾਲ ਇਹਦਾ ਮੈਂ ਨਰੋਗ ਮੈਂ ਸਭ ਕੁਛ ਦੇਖਿਆ ਹੀ ਥੱਲੇ ਚਲੇ ਜਾ ਤੁਹਾਡਾ ਨਾਲ ਆ ਦੇਣਾ ਮੈਂ ਆਖਿਆ ਪੁੱਤਰ ਮੈਂ ਚਲੇ ਜਾਂਦੀ ਹਾਂ ਮੈਂ ਥੱਲੇ ਨਾ ਧੋ ਕੇ ਮੰਦਰ ਚਲੇ ਗਈ ਉਹ ਸਵੇਰੇ ਸਵੇਰੇ ਉਹ ਮੈਨੂੰ ਕਹਿੰਦੀ ਹੈ ਉਹ ਫਿਰ ਮੈਨੂੰ ਕਹਿੰਦਾ ਕਹਿੰਦਾ ਜਾ ਜਿਹੜੇ ਯਾਰਾਂ ਨੂੰ ਬੁਲਾਉਣੇ ਬੁਲਾ ਲਿਆ ਮੈਂ ਬੂਹਾ ਖੋਲਿਆ ਮੈਂ ਮੈਨੂੰ ਅੱਗੋਂ ਬੋਲ ਕੇ ਗਈ ਮੈਂ ਚੁੱਪ ਕਰਕੇ ਮੈਂ ਆਖਿਆ ਜੇ ਮੈਨੂੰ ਕਿਹਾ ਜੇ ਇਹਨੇ ਮਾਂ ਨੇ ਕਿਹਾ ਮੁੜ ਕੇ ਮੈਨੂੰ ਕਹਿੰਦਾ ਮੈਂ ਕਣਕ ਲੈਣ ਗਿਆ ਮੇਰੇ ਨਾਲ ਮੈਂ ਕਿਹਾ ਪੁੱਤਰ ਕੁਛ ਖਾਧਾ ਪੀਤਾ ਹੀ ਕਹਿੰਦਾ ਮੰਮੀ ਮੈਂ ਖਾਧਾ ਰਾਤੀ ਮੈਨੂੰ ਕਹਿੰਦਾ ਮੇਰੇ ਨਾਲ ਗੱਲਾਂ ਕਰਦਾ ਰਿਹਾ ਕਹਿੰਦਾ ਮੰਮੀ ਤੁਸੀਂ ਗਰਮੀ 'ਚ ਸੌਂਦੇ ਹੋ ਸਾਰੀਆਂ ਗਰਮੀਆਂ ਕੁੱਤੀ ਨੇ ਮੇਰਾ ਤੁਸੀਂ ਨਿੱਕੇ ਨਿੱਕੇ ਸੀ ਅਸੀਂ ਪੈਸੇ ਜੋੜ ਜੋੜ ਕੇ ਇਨਵੇਟਰ ਲਵਾਇਆ ਮੇਰਾ ਮਾਂ ਪਿਓ ਗਰਮੀ 'ਚ ਸੌਂਦੇ ਮੈਂ ਕਿਹਾ ਪੁੱਤਰ ਤੂੰ ਅੱਜ ਕਿਉਂ ਇੰਨੀਆਂ ਗੱਲਾਂ ਕਰ ਮੰਮੀ ਮੇਰੇ ਨਾਲ ਜੱਫੀ ਪਾ ਲੈ ਕਹਿੰਦਾ ਮੇਰੇ ਨਾਲ ਜੱਫੀ ਪਾ ਲੈ ਮੈਂ ਜੱਫੀ ਪਾਈ ਉਹ ਮੈਨੂੰ ਕਹਿੰਦਾ ਮੇਰਾ ਪੁੱਤਰ ਚੱਲ ਅਜ ਮੈਨੂੰ ਕੀ ਪਤਾ ਸੀ ਮੇਰਾ ਪੁੱਤਰ ਚਲੇ ਜਾਣਾ ਸਵੇਰੇ ਆਂਟੀ ਜੀ ਉਹਨਾਂ ਦੀ ਵਾਈਫ ਨਾਲ ਕੋਈ ਡਿਸਪਿਊਟ ਸੀ ਹਾਂ ਉਹ ਜਨਾਨੀ ਨਾਲ ਲੜਾਈ ਹੋਈ ਆ ਮੇਰੇ ਪੋਤੀ ਪੋਤਾ ਵੀ ਖੋ ਕੇ ਲੈ ਗਏ ਆ ਮਾਰਾ ਮੇਰਾ ਪੁੱਤਰ ਲੈਣ ਗਿਆ ਸੀ ਪੁੱਤਰ ਲੈਣ ਗਿਆ ਇਹਦੇ ਪਿਓ ਨੇ ਹੁਣ ਮੈਂ ਮੁੰਡੇ ਬੈਠੇ ਮੇਰਾ ਭਰਾ ਬੈਠਾ ਹੁਣ ਮੈਂ ਕੀ ਕਵਾਂ ਉਹਨੂੰ ਕਹਿੰਦਾ ਹਾਂ ਮੈਂ ਤੈਨੂੰ ਦੱਸਾਂ ਤੂੰ ਆਦਰ ਆ ਹਾਂ ਮੈਨੂੰ ਕਹਿੰਦਾ ਮੰਮੀ ਹਰਾਮ ਦੇ ਮੇਰੇ ਪੁੱਤਰ ਬੱਚੇ ਖੋਲੇ ਵਾਈਫ ਕਿੱਥੇ ਉਹਨਾਂ ਦੀ ਉਹ ਛੋ ਆਪਣੇ ਪੇਕੇ ਲੈ ਗਿਆ ਉਹ ਸਕੂਟਰ ਤੇ ਬਿਠਾ ਕੇ ਉਹਨਾਂ ਨੂੰ ਉੱਥੇ ਆਪਣੇ ਉੱਥੇ ਬੱਚੇ ਵੀ ਨਾਲ ਲੈ ਗਏ ਬੱਚੇ ਵੀ ਨਾਲ ਲੈ ਗਈ ਹੈ ਵੇਖ 3 ਸਾਲਾਂ ਤੋਂ ਵੱਖਰੇ ਕਿ ਨਾ ਚੰਗੀ ਨਾ ਬੰਦੀ ਮੈਂ ਥੱਲੇ ਸਾਰਾ ਸੁਸਾਈਡ ਨੋਟ ਵੀ ਲਿਖਿਆ ਇਹਨਾਂ ਨੇ ਕੋਈ ਸੁਸਾਈਡ ਨੋਟ ਵੀ ਲਿਖਿਆ ਕੋਈ ਇਹਨਾਂ ਨੇ ਉਹ ਕੀ ਹੁੰਦਾ ਲੜਾਈ ਹੋਈ ਬਹੁਤ ਜ਼ਿਆਦਾ ਸਵੇਰੇ ਲੜਾਈ ਹੋਈ ਇਹਦਾ ਪਿਓ ਨਾ ਬੱਚਿਆਂ ਨੂੰ ਅਤੇ ਮਾਂ ਆਪਣੀ ਇਹਦੀ ਜਨਾਨੀ ਨੂੰ ਲੈ ਗਿਆ ਇਹ ਪਿੱਛੇ ਲੈਣ ਗਿਆ ਉਹਨੂੰ ਫਿਰ ਵੀ ਚਲੇ ਗਏ ਉਹਨਾਂ ਨੇ ਬੱਚਾ ਨਹੀਂ ਦਿੱਤਾ ਨਾਮ ਜਨਾਨੀ ਵਾਪਸ ਮਿਲ ਗਿਆ ਬਹੁਤ ਰੋਂਦਾ ਰਿਹਾ ਘਰ ਆ ਕੇ ਬਹੁਤ ਮੰਮੀ ਨੂੰ ਉੱਪਰ ਦੱਸਿਆ ਨਹੀਂ ਕਿ ਮੇਰੀ ਜਨਾਨੀ ਨੇ ਧੋਖਾ ਦਿੱਤਾ ਗਲਤ ਕੰਮ ਸੀ ਗਲਤ ਹੁੰਦਿਆਂ ਨਾਲ ਸੀ ਉਸ ਤੋਂ ਬਾਅਦ ਮੈਂ ਨਹੀਂ ਮੈਨੂੰ ਕੁਛ ਨਹੀਂ ਪਤਾ ਇੰਟੀਮੇਸ਼ਨ ਆਈ ਸੀ ਸਾਨੂੰ ਮੋਬਾਈਲ ਤੋਂ ਮੋਬਾਈਲ ਨੰਬਰ ਇਹਨਾਂ ਦਾ ਕੋਈ ਹੈਗੇ ਨੇ ਰਿਲੇਟਿਵ ਉਹਨਾਂ ਨੇ ਦੱਸਿਆ ਸੀਗਾ ਵੀ ਸਾਡਾ ਕੋਈ ਰਿਸ਼ਤੇਦਾਰ ਆ ਉਹਨੇ ਗਲਫ ਰਾਹ ਲੈ ਲਿਆ ਜੀ ਜੀ ਘਰੇ ਪਹੁੰਚੇ ਹਾਂ ਜੀ ਡੈਡ ਬੋਡੀ
ਦੀ ਸ਼ਨਾਖਤ ਕੀਤੀ ਆ, ਸਾਰਾ ਕੁਛ ਕੀਤਾ। ਸੁਸਾਈਡ ਨੋਟ ਮਿਲਿਆ ਜੀ, ਥੱਲੇ ਗਿਰਿਆ ਪਿਆ ਸੀਗਾ ਉਹ ਮਿਲਿਆ, ਅਤੇ ਬਾਕੀ ਹੁਣ ਚੱਲਦੀ ਪਈ ਹੈ ਤਫਤੀਸ਼ ਜੀ। ਗਲਫਰਾਹਾ ਉਹਨਾਂ ਨੇ ਉਹਦੇ ਨਾਲ ਲਿਆ ਜੀ, ਚੁੰਨੀ ਨਾਲ ਲਿਆ ਹੋਇਆ ਸੀ। ਇਹਨਾਂ ਪਰਿਵਾਰਿਕ ਮੈਂਬਰਾਂ 'ਚੋਂ ਪਤਾ ਲੱਗਾ ਕਿ ਪਹਿਲੇ ਕਿੰਨੇ ਦੇਖਿਆ ਸੀਗਾ ਇਹਨਾਂ ਨੂੰ? ਨਹੀਂ ਉਹ ਇਹਦੇ ਕੋਲ ਕਲੀਅਰ ਨਹੀਂ ਕੀਤਾ ਜੀ ਇਹ ਗੱਲ ਨੂੰ, ਇਹਨਾਂ ਨੇ ਕਿਸੇ ਨੇ ਦੇਖਿਆ ਜਿਵੇਂ ਫੈਮਿਲੀ ਮੈਂਬਰ ਜੀ ਆਪੇ ਕਹਿ ਰਹੇ ਵੀ ਇਹ ਉਹ, ਕੋਈ ਕਲੀਅਰ ਗੱਲ ਨਹੀਂ ਕੀਤੀ ਇਹਨਾਂ ਨੇ। ਪਰਿਵਾਰਿਕ ਮੈਂਬਰ ਵੱਲੋਂ ਦੱਸਿਆ ਗਿਆ ਵੀ ਕਿਸ ਕਾਰਨ ਇਹਨਾਂ ਸੁਸਾਈਡ ਕੀਤੀ? ਉਹ ਦੇਖੋ ਜਿਹੜੀ ਵਾਈਫ ਆ ਉਹ 2-3 ਦਿਨਾਂ ਤੋਂ ਘਰ ਤੋਂ ਗਈ ਹੋਈ ਸੀਗੀ ਜੀ, ਅਤੇ ਉਹ ਕਹਿ ਉਹ ਜਿਹੜੇ ਮਦਰ ਫਾਦਰ ਨੇ ਉਹਦੇ ਲੜਕੇ ਦੇ ਜਿਹੜਾ ਮ੍ਰਿਤਕ ਆ, ਅਤੇ ਉਹ ਇਲਜ਼ਾਮ ਤਾਂ ਇਹ ਲਾ ਰਹੇ ਵੀ ਉਹ ਤੋਂ ਤੰਗ ਪਰੇਸ਼ਾਨ ਹੋ ਕੇ ਗਈ ਆ। ਪਰ ਥੋੜ੍ਹੀ ਦੇਰ ਬਾਅਦ ਉਸੇ ਵਕਤ ਉਹਨਾਂ ਦੀ ਜਿਹੜੀ ਵਾਈਫ ਆ ਉਹ ਆ ਗਏ ਆ, ਉਹ ਐਲੀਗੇਸ਼ਨ ਉਹ ਤੋਂ ਉਲਟਾ ਲਾ ਰਹੇ ਹਾਂ। ਬਾਕੀ ਤਫਤੀਸ਼ ਚੱਲਦੀ ਪਈ ਹੈ ਜੀ, ਵੀ ਜੋ ਐਜ਼ ਪਰ ਬਣੂਗਾ ਅਸੀਂ ਉਹ ਕਰਾਂਗੇ। ਕੀ ਨਾਮ ਕੀ ਸਰ, ਕਿੰਨੀ ਏਜ ਹੈ ਇਹਦੀ? ਇਹਦੀ ਰਾਜਨ ਨਾਮ ਆ ਜੀ, ਇਸ ਲੜਕੇ ਦਾ ਰਾਜਨ ਕਸ਼ਯਪ, ਅਤੇ 39 ਸਾਲ ਉਮਰ ਆ ਜੀ ਇਹ। ਕਿੱਥੇ ਕਰਕੇ ਹੋਇਆ, ਕਿਹੜੀ ਜਗ੍ਹਾ ਹੋਇਆ? ਇਹ ਅਲੀ ਮਹੱਲਾ ਜੀ, ਅਲੀ ਮਹੱਲਾ। ਘਰ ਦੇ ਵਿੱਚ ਸੁਸਾਈਡ ਕੀਤਾ? ਹਾਂਜੀ, ਘਰ ਦੇ ਵਿੱਚ ਛੱਤ ਦੇ ਪੱਖੇ ਨਾਲ ਲੜਕਿਆ ਹੋਇਆ ਸੀਗਾ ਜੀ। ਸਰ ਜਿਹੜੇ ਸੁਸਾਈਡ ਨੋਟ ਤੁਸੀਂ ਕਹਿੰਦੇ ਗਿਰਿਆ ਮਿਲਿਆ, ਉਹ 'ਚ ਕੀ ਲਿਖਿਆ? ਚੱਲਦੀ ਪਈ ਹੈ ਜੀ, ਦੇਖਦੇ ਹਾਂ ਜੋ ਵੀ ਬਣੂਗੀ ਤਫਤੀਸ਼ ਅਮਲ 'ਚ ਲਿਆ ਦਾਂਗੇ। ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਦੁਖੀ ਭੈਣ ਭਰਾ ਦੇ ਸੱਚੇ ਹਮਦਰਦ ਬਾਬਾ ਅਫਜ਼ਲ ਖਾਨ, 9889484580। ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬੁਰੇ ਸੁਪਨੇ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਲਾਟਰੀ ਨੰਬਰ ਪਾਓ ਭਾਵੇਂ 649, ਹੋਵੇ ਆ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ। ਇਟਸ ਮਾਈ ਪ੍ਰੋਮਿਸ। ਬਾਬਾ ਅਫਜ਼ਲ ਖਾਨ, 9889484580।